Red FM. ਚਲੋ ਫਿਰ ਗੱਲਬਾਤ ਦਾ ਸਿਲਸਿਲਾ ਆਪਾਂ ਕਰਦੇ ਹਾਂ ਜੀ ਹੁਣ ਸ਼ੁਰੂ ਮਨਜੀਤ ਰੂਪੋਵਾਲੀਆ ਸਾਹਿਬ ਹਾਜ਼ਰ ਹੋ ਚੁੱਕੇ ਨੇ ਮਨਜੀਤ ਭਾਈ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਤੁਹਾਨੂੰ ਥੈਂਕ ਯੂ ਵੈਰੀ ਮਚ ਜੀ ਸਭ ਤੋਂ ਪਹਿਲਾਂ ਤਾਂ ਮੈਂ ਰੈਡ ਐਫ ਐਮ 106.7 ਰੈਡ ਐਫ ਐਮ ਜਿਹੜਾ ਸਾਰਿਆਂ ਦੇ ਦਿਲਾਂ ਦੀ ਧੜਕਣ ਮੈਂ ਕਹਿ ਸਕਦਾ ਸਾਰੇ ਸੁਣ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਔਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਪ੍ਰਦੇਸਾਂ ਦੀ ਧਰਤੀ 'ਤੇ ਬੈਠੇ ਪੰਜਾਬੀ ਜਿਹੜੇ ਇਸ ਟਾਈਮ ਕੰਮ ਤੋਂ ਆ ਰਹੇ ਨੇ ਔਰ ਜਾਂ ਰੇਡੀਓ ਸੁਣ ਰਹੇ ਜਾਂ ਘਰਾਂ 'ਚ ਬੈਠੇ ਨੇ ਮੈਂ ਸਾਰਿਆਂ ਨੂੰ ਮਤਲਬ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਕੀ ਬਾਤ ਹੈ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਔਰ ਅੱਜ ਮੈਨੂੰ ਲੱਗਦਾ ਕਿ ਤਕਰੀਬਨ ਅਗਰ ਮੈਂ ਗਲਤ ਨਾ ਹੋਵਾਂ ਸ਼ਾਇਦ 3 ਸਾਲ ਬਾਅਦ ਦੁਬਾਰਾ ਮੁਲਾਕਾਤ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਕਿਉਂਕਿ ਜਿਹੜਾ ਰੈਡ ਐਫ ਐਮ ਰੇਡੀਓ ਆ ਇਹਦਾ ਸਰੋਤਿਆਂ ਦੇ ਨਾਲ ਪਿਆਰ ਤਾਂ ਹੈ ਹੀ ਹੈ ਇੱਕ ਕਲਾਕਾਰਾਂ ਨੂੰ ਵੀ ਇੱਕ ਇਹਦੇ ਪ੍ਰਤੀ ਇੰਨੀ ਕੁ ਖਿੱਚ ਹੁੰਦੀ ਹੈ ਨਾ ਜਿੱਦਾਂ ਇੱਕ ਆਪਣਾਪਨ ਹੁੰਦਾ ਨਾ ਰੈਡ ਐਫ ਐਮ 'ਚ ਆ ਕੇ ਨਾ ਸਾਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਇੱਕ ਆਪਣੇ ਪਰਿਵਾਰ 'ਚ ਆਪਾਂ ਇੱਕ ਆਪਣੇ ਘਰ 'ਚ ਆਏ ਕਿਉਂਕਿ ਜਿਸ ਕਹਿੰਦੇ ਰਿਸ਼ੀ ਮੁਨੀਆਂ ਨੇ ਤਾਂ ਦੁਨੀਆਂ ਬਦਲਤੀ ਸੀ ਔਰ ਜਿੱਥੇ ਤੁਹਾਡੇ ਕੋਲ ਇਹੋ ਜਿਹੇ ਰਿਸ਼ੀ ਆ ਰਿਸ਼ੀ ਜੀ ਆਪਣੇ ਬਿਲਕੁਲ ਇੰਨੇ ਪਿਆਰੇ ਰਿਸ਼ੀ ਜੀ ਜਿਹੜੇ ਰੈਡ ਐਫ ਐਮ ਦਾ ਸਾਰਾ ਦੇਖ ਰੇਖ ਕਰਦੇ ਨੇ ਮੈਂ ਉਹਨਾਂ ਨੂੰ ਵੀ ਸਲਿਊਟ ਕਰਦਾ ਬਹੁਤ ਪਿਆਰੇ ਇਨਸਾਨ ਨੇ ਫਿਲਮਾਂ ਦੇ ਵਿਚ ਵੀ ਕੰਮ ਕਰ ਲਿਆ ਔਰ ਵੱਡੇ ਵੱਡੇ ਅਵਾਰਡ ਵੀ ਤੁਸੀਂ ਜਿੱਤ ਲਏ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਹ ਪੁੱਛੂਗਾ ਜੀ ਕਿ ਅਗਰ ਤੁਸੀਂ ਆਪਣੇ ਅੱਖਰਾਂ ਦੇ ਵਿੱਚ ਮਨਜੀਤ ਰੂਪੋਵਾਲੀਆ ਨੂੰ ਡਿਸਕ੍ਰਾਈਬ ਕਰਨਾ ਹੋਵੇ ਕਿ ਮਨਜੀਤ ਰੂਪੋਵਾਲੀਆ ਕੌਣ ਹੈ ਜੀ ਜੀ ਕੀ ਕਹੋਗੇ ਜੀ ਐਕਚੁਲੀ ਦੇਖੋ ਮਨਜੀਤ ਰੂਪੋਵਾਲੀਆ ਨੂੰ ਬਣਾਉਣ ਦੇ ਵਿੱਚ ਜਿੱਥੇ ਪ੍ਰੈਸ ਵਾਲੇ ਵੀਰਾਂ ਦਾ ਜਿੱਥੇ ਇਲੈਕਟ੍ਰੋਨਿਕ ਮੀਡੀਆ ਜਿੱਥੇ ਪ੍ਰਿੰਟ ਮੀਡੀਆ ਦਾ ਜਿੱਥੇ ਮੇਰੇ ਸਭ ਤੋਂ ਜ਼ਿਆਦਾ ਮੈਂ ਪਰਮਾਤਮਾ 'ਚ ਬਹੁਤ ਬਿਲੀਵ ਕਰਦਾ ਮੇਰੇ ਸਤਿਗੁਰ ਦਾ ਔਰ ਜਿੱਥੇ ਮੇਰੇ ਮਾਂ ਬਾਪ ਦਾ ਮੇਰੇ ਜਿੰਨੇ ਮੇਰੇ ਭੈਣ ਭਰਾ ਉਹਨਾਂ ਦਾ ਉਹਨਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮੇਰੀ ਇਸ ਫੀਲਡ ਦੇ ਵਿੱਚ ਜਿੰਨਿਆਂ ਨੇ ਮੇਰੀ ਮਦਦ ਕੀਤੀ ਆ ਜਾਂ ਮੇਰੇ ਸਲਾਹਕਾਰ ਬਣੇ ਆ ਜਾਂ ਮੈਨੂੰ ਐਡਵਾਈਸ ਦੇਣ ਵਾਲੇ ਬਣੇ ਆ ਤੁਹਾਡੇ ਵਰਗੇ ਭਰਾ ਜਿਨ੍ਹਾਂ ਨੇ ਰੇਡੀਓ 'ਤੇ ਬੁਲਾ ਬੁਲਾ ਕੇ ਸਾਰਿਆਂ ਦੇ ਰੂਬਰੂ ਕੀਤਾ ਔਰ ਸਭ ਤੋਂ ਪਹਿਲੇ ਤਾਂ ਮੇਰੇ ਉਹ ਸਾਰੇ ਹੀ ਪੂਜਣ ਯੋਗ ਨੇ ਮੈਂ ਉਹਨਾਂ ਨੂੰ ਉਸਤਾਦ ਤੋਂ ਘੱਟ ਦਰਜਾ ਨਹੀਂ ਦਿੰਦਾ ਕਿਉਂਕਿ ਤੁਹਾਡੇ ਕਰਕੇ ਹੀ ਅੱਜ ਜੇ ਮਨਜੀਤ ਰੂਪਵਾਲੀ ਆ ਕਿਸੇ ਸਥਾਨ 'ਤੇ ਆ ਤਾਂ ਉਹਦੇ ਵਿੱਚ ਤੁਹਾਡੇ ਵਰਗੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਤੋ ਮੈਂ ਐਪਰੀਸ਼ੀਏਟ ਕਰਦਾ ਤੁਸੀਂ ਗਾਹੇ ਵਗਾਹੇ ਮੈਨੂੰ ਇੰਨਾ ਪਿਆਰ ਦਿੰਦੇ ਰਹੇ ਹੋ ਅਤੇ ਸਰੋਤਿਆਂ ਦਾ ਤਾਂ ਜਿੱਦਾਂ ਕਹਿੰਦੇ ਵੀ ਪਿਆਰ ਦਾ ਹੜ੍ਹ ਹੈ ਉਹਨਾਂ ਦਾ ਤਾਂ ਮੁੱਲ ਹੀ ਕੋਈ ਨਹੀਂ ਨਾ ਸੋ ਸਰੋਤਿਆਂ ਨੇ ਇੰਨਾ ਪਿਆਰ ਦਿੱਤਾ ਹੁਣ ਤੱਕ ਦੀ ਮੇਰੀ ਜ਼ਿੰਦਗੀ ਦੇ ਵਿੱਚ ਔਰ ਅੱਗੇ ਤੋਂ ਵੀ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹੋਗੇ ਮਨਜੀਤ ਰੂਪ ਵਾਲੀ ਆ ਤੁਸੀਂ ਮਤਲਬ ਪੁੱਛਿਆ ਕਿ ਕਿਵੇਂ ਤੁਸੀਂ ਲੈਂਦੇ ਇਸ ਗੱਲ ਨੂੰ ਮਨਜੀਤ ਰੂਪ ਵਾਲੀ ਆ ਮੈਂ ਇਹ ਸਮਝਦਾ ਕਿ ਹੁਣ ਤੱਕ ਦੀ ਜਿਹੜੀ ਮੇਰੀ ਪ੍ਰਾਪਤੀਆਂ ਨੇ ਹੁਣ ਤੱਕ ਦੇ ਮੇਰੇ ਐਫਰਟਸ ਨੇ ਔਰ ਉਹ ਮੈਂ ਆਪਣੇ ਆਪ 'ਚ ਨੂੰ ਇੱਕ ਬਹੁਤ ਸੰਪੂਰਨ ਸਮਝਦਾ ਮਤਲਬ ਪੂਰਾ ਜਿੱਦਾਂ ਕਹਿ ਦਈਏ ਨਾ ਕਿ ਸੈਟੀਸਫਾਈਡ ਹੋ ਤੁਸੀਂ ਸੈਟੀਸਫਾਈਡ ਹਾਂ ਮੈਂ ਟੋਟਲੀ ਯਾਨੀ ਮੈਨੂੰ ਕੋਈ ਯਾਨੀ ਗਿਲੇ ਸ਼ਿਕਵੇ ਦਾ ਬਹੁਤ ਹਲਕੀ ਗੱਲ ਹੈ ਪਰ ਜਿਵੇਂ ਕਹੀਏ ਨਾ ਕਿ ਇੱਕ ਮੇਰੀ ਆਹ ਚੀਜ਼ ਭਾਜੀ ਵੀ ਮੇਰੀ ਆਹ ਯਾਰ ਰਹਿ ਗਈ ਖਾਸ਼ ਜੀ ਅਕਸਰ ਬੰਦਾ ਕਹਿੰਦਾ ਭਾਵੇਂ 80 ਸਾਲ ਦੀ ਉਮਰ 'ਚ ਵੀ ਹੋ ਜਾਵੇ ਤਾਂ ਵੀ ਕਹਿੰਦਾ ਯਾਰ ਮੇਰੀ ਆਹ ਖਾਹਿਸ਼ ਨਹੀਂ ਪੂਰੀ ਹੋਈ ਬਿਲਕੁਲ ਬਿਲਕੁਲ ਪਰ ਮੈਂ ਸੱਚੇ ਪਾਤਸ਼ਾਹ ਦਾ ਪਰਮਾਤਮਾ ਦਾ ਲੱਖ ਲੱਖ ਸ਼ੁਕਰੀਆ ਅਦਾ ਕਰਦਾ ਕਿ ਮੇਰੀ ਕੋਈ ਖਾਸ ਅਧੂਰੀ ਛੱਡੀ ਨਹੀਂ ਕਿਆ ਬਾਤ ਹੈ ਤੋ ਇਸ ਕਰਕੇ ਮੈਂ ਮਤਲਬ ਆਪਣੇ ਆਪ ਨੂੰ ਸੈਟੀਸਫਾਈ ਸਮਝਦਾ ਕਿਆ ਬਾਤ ਹੈ ਜੀ ਮਨਜੀਤ ਭਾਈ ਜੀ ਦਾ ਪਹਿਲਾਂ ਜ਼ਿਕਰ ਕੀਤਾ ਕਿ ਤੁਸੀਂ ਗੀਤ ਗਾਏ ਵੀ ਆ ਫਿਲਮਾਂ 'ਚ ਵੀ ਕੰਮ ਕਰ ਲਿਆ ਔਰ ਤੁਸੀਂ ਗੀਤ ਆਪਣੇ ਬਹੁਤ ਸਾਰੇ ਲਿਖੇ ਵੀ ਆ ਤੁਸੀਂ ਗੀਤ ਬਤੌਰ ਗੀਤਕਾਰ ਵੀ ਤੁਸੀਂ ਵਿੱਚ ਹੋ ਅਗਰ ਤੁਹਾਡੇ ਮੈਂ ਫੇਵਰੇਟ ਅਗਰ ਤੁਸੀਂ ਇੱਕ ਇਹਦੇ ਵਿੱਚੋਂ ਕਰੈਕਟਰ ਆਪਣੇ ਆਪ ਲਈ ਚੁਣਨਾ ਹੋਵੇ ਗਾਇਕ ਗੀਤਕਾਰ ਜਾਂ ਫਿਰ ਐਕਟਰ ਕਿਉਂਕਿ ਐਕਚੁਲੀ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਐਕਚੁਲੀ ਮੈਂ ਗਾਇਕ ਹੀ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਔਰ ਜਿਹੜੀਆਂ ਫਿਲਮ ਵਾਲੀ ਗੱਲ ਆ ਜਾਂ ਗੀਤਕਾਰੀ ਵਾਲੀ ਗੱਲ ਆ ਉਹ ਇੱਕ ਆਪਾਂ ਨੂੰ ਕਹਿ ਸਕਦੇ ਹਾਂ ਕਿ ਸਾਈਡ ਤੇ ਤੁਹਾਡੇ ਕੋਲ ਗੁਣ ਆ ਜਿੱਦਾਂ ਆਪਣੇ ਇੱਕ ਬਹੁਤ ਵੱਡਾ ਅਫਸਰ ਹੁੰਦਾ ਨਾ ਉਹਦੇ ਇੱਕ ਸਟਾਰ ਲੱਗਾ ਹੁੰਦਾ ਫਿਰ ਦੂਜਾ ਲੱਗ ਜਾਂਦਾ ਫਿਰ ਤੀਜਾ ਲੱਗ ਜਾਂਦਾ ਇਹ ਉਹ ਕੰਮ ਆ ਜਿੱਦਾਂ ਮੈਂ ਐਕਚੁਲੀ ਬੇਸਿਕਲੀ ਗਾਇਕ ਹਾਂ ਪਰ ਮੈਨੂੰ ਕਿਤੇ ਫਿਲਮ ਦੀ ਆਫਰ ਆਈ ਮੈਂ ਫਿਲਮ ਦੇ ਵਿੱਚ ਵੀ ਆਪਣਾ ਪਾਰਟੀਸਪੇਟ ਕੀਤਾ ਐਜ਼ ਏ ਹੀਰੋ ਉਹ ਤੋਂ ਬਾਅਦ ਮੈਨੂੰ ਕਿਤੇ ਗੀਤ ਲਿਖਣ ਦਾ ਸ਼ੌਂਕ ਹੋਇਆ ਉਹਦੇ ਵਿੱਚ ਵੀ ਮੈਂ ਯਾਨੀ ਕਿ ਇੱਦਾਂ ਫੀਤੀਆਂ ਤਾਂ ਜ਼ਰੂਰ ਮੇਰੇ 'ਤੇ ਲੱਗਦੀਆਂ ਰਹੀਆਂ
ਬੜੇ ਕੰਮਾਂ ਦੀਆਂ, ਪਰ ਇਹ ਆ ਵੀ ਮੈਂ ਜਿਹੜਾ ਸੈਟੀਸਫਾਈ ਆਪਣੇ ਗਾਇਕੀ ਦੇ ਨਾਲ ਹੀ, ਗਾਇਕੀ ਦੇ ਵਿੱਚ ਮੈਂ ਕੋਈ ਚੀਜ਼ ਨਹੀਂ ਛੱਡੀ, ਚਾਹੇ ਗਜ਼ਲ ਹੋਵੇ, ਚਾਹੇ ਆਪਣੇ ਸੋਲੋ ਗੀਤ ਹੋਣ, ਚਾਹੇ ਡਿਊਟ ਹੋਣ, ਚਾਹੇ ਮੈਲੋਡੀ ਹੋਵੇ, ਚਾਹੇ ਥੋੜੇ ਵੀਰ ਰਸ ਵਾਲੇ ਹੋਣ, ਉਹ ਸਾਰੇ ਗੀਤਾਂ ਦਾ ਮੈਂ ਆਨੰਦ ਮਾਣਿਆ ਤੇ ਮੈਂ ਸਰੋਤਿਆਂ ਨੂੰ ਕੋਸ਼ਿਸ਼ ਕੀਤੀ ਆ ਵੀ ਸਾਰੇ ਆਨੰਦ ਮਾਣ। ਅਗਰ ਭਾਜੀ ਤੁਹਾਡੀ ਸ਼ੁਰੂਆਤ ਦੀ ਆਪਾਂ ਗੱਲ ਕਰੀਏ, ਤੁਹਾਡੀ ਸ਼ੁਰੂਆਤ ਗਾਇਕੀ ਨੇ ਕਿਸ ਤਰ੍ਹਾਂ ਹੋਈ, ਕਿ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਜਿੱਥੋਂ ਤੁਹਾਨੂੰ ਹੋਇਆ ਕਿ ਨਹੀਂ ਯਾਰ ਮੈਂ ਵੀ ਗਾਇਕ ਹੀ ਬਣਨਾ, ਜਾਂ ਕਿਸ ਤਰ੍ਹਾਂ ਚੇਤਕ ਲੱਗੀ? ਐਕਚੁਅਲੀ ਭਾਜੀ ਸਾਡੇ ਪਰਿਵਾਰ ਦੇ ਵਿੱਚ ਕੋਈ ਗਾਇਕ ਨਹੀਂ ਸੀਗਾ ਜੀ, ਪਰ ਮੇਰੇ ਨਾਲ ਇੱਕ ਗੱਲ ਜ਼ਰੂਰ ਜੁੜੀ ਹੋਈ ਆ, ਮੈਂ ਅਕਸਰ ਕਈ ਵਾਰੀ ਸਾਂਝੀ ਕੀਤੀ ਉਹ ਇੰਟਰਵਿਊ ਦੇ ਵਿੱਚ, ਵੀ ਮੇਰੇ ਡੈਡੀ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਕੋਈ ਹਾਰਮੋਨੀਅਮ ਵੇਚਣ ਵਾਲਾ ਆਇਆ ਗਲੀਆਂ ਦੇ ਵਿੱਚ, ਇੱਦਾਂ ਬਹੁਤ ਦੇਰ ਪਹਿਲਾਂ ਉਹਨਾਂ ਨੇ ਮੇਰੇ ਜਨਮ ਤੋਂ ਪਹਿਲਾਂ ਹੀ ਹਾਰਮੋਨੀਅਮ ਲੈ ਲਿਆ, ਜਾਂ ਆਪਣੇ ਸ਼ੌਂਕ ਨੂੰ ਲੈ ਲਿਆ ਕਹਿ ਲਓ, ਜਾਂ ਉਹਦੀ ਮੈਂ ਮਤਲਬ ਮੈਂ ਤਾਂ ਇਹੀ ਕਹੂੰਗਾ ਕਿ ਮੇਰੇ ਲਈ ਉਹ ਗੋਡ, ਮੇਰੇ ਲਈ ਗੋਡ ਗਿਫਟ ਸੀਗਾ ਉਹ, ਅਤੇ ਪਰਮਾਤਮਾ ਨੇ ਕਿਰਪਾ ਕੀਤੀ ਅਤੇ ਉਹ ਮੈਂ ਪਰਿਵਾਰ ਦੇ ਵਿੱਚੋਂ ਭਾਅ ਜੀ ਮੈਨੂੰ ਹੀ ਗਾਇਕੀ ਦਾ ਚਿਣਗ ਲੱਗੀ ਹੈ, ਔਰ ਇਸ ਕਰਕੇ ਮੈਂ ਭਾਅ ਜੀ ਆਪਣੇ ਸਰਕਾਰੀ ਜੋਬ ਵੀ ਛੱਡਤੀ, ਮੈਂ ਜੋਬ ਵੀ ਨਹੀਂ ਕੀਤੀ ਕਿਉਂਕਿ ਇੱਧਰਲੇ ਪਾਸੇ ਨੂੰ ਮੈਂ ਸਟਰਗਲ ਵਾਲੇ ਦਿਨਾਂ 'ਚ ਜੋਬ ਛੱਡਤੀ ਭਾਅ ਜੀ। ਤੁਸੀਂ ਜੋਬ ਦਾ ਜ਼ਿਕਰ ਕੀਤਾ, ਜਿੱਥੇ ਤੱਕਰ ਮੈਨੂੰ ਪਤਾ ਤੁਹਾਡੇ ਬਾਰੇ, ਸ਼ਾਇਦ ਤੁਸੀਂ ਮਿਖਲ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ? ਬਿਲਕੁਲ, ਡਿਪਲੋਮਾ ਕੀਤਾ, ਮੈਨੂੰ ਰੇਲ ਕੋਚ ਫੈਕਟਰੀ 'ਚ ਅਪੁਆਇੰਟਮੈਂਟ ਲੈਟਰ ਆਇਆ ਹੋਇਆ, ਮੈਂ ਉਹ ਭਾਅ ਜੀ ਗਿਆ ਹੀ ਨਹੀਂ, ਮੈਂ ਜੁਆਇਨ ਹੀ ਨਹੀਂ ਕਰਨ ਗਿਆ ਸਿਰਫ ਕਿਉਂਕਿ ਇਸ ਪਾਸੇ। ਬਿਲਕੁਲ, ਹਾਲਾਂਕਿ ਪੇਰੈਂਟਸ ਤੋਂ ਮੈਂ ਥੋੜੀਆਂ ਝਿੜਕਾਂ ਵੀ ਖਾਧੀਆਂ ਜੀ, ਪਰ ਉਹ ਹੁਣ ਮੈਂ ਉਹ ਸੋਚਦਾ ਕਿ ਜੇ ਮੈਂ ਉਹ ਮਤਲਬ ਉੱਧਰ ਕਿਤੇ ਜੁਆਇਨ ਕਰ ਲੈਂਦਾ, ਕਿਉਂਕਿ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਨਾ ਹੋਣਾ ਉਹੀ। ਬਿਲਕੁਲ ਬਿਲਕੁਲ, ਪਰ ਹੁਣ ਮੈਂ ਜਿੱਦਾਂ ਸਾਰਾ ਵਰਲਡ ਘੁੰਮ ਲਿਆ, ਸਾਰੇ ਏਡੇ ਏਡੇ ਵੱਡੇ ਮੈਂ ਸ਼ੋਅ ਲਾ ਚੁੱਕਾ ਹੁਣ ਤੱਕ ਹੈ ਨਾ, ਤੇ ਲਾ ਰਿਹਾ, ਤੇ ਜੇ ਮੈਂ ਉੱਥੇ ਰਹਿਣਾ ਤਾਂ ਫਿਰ ਉਹ ਮਤਲਬ ਉੱਥੇ ਗਿਆ ਰਹਿਣਾ ਸੀ, ਤੇਰਾ ਉਹਨਾਂ ਕੀ ਰਹਿਣਾ ਸੀਗਾ। ਬਿਲਕੁਲ, ਤੁਹਾਡੇ ਵਰਗੇ ਭਰਾ ਨਹੀਂ ਮਿਲਨੇ ਸੀ। ਗਾਇਕੀ ਦੀ ਗੱਲ ਕਰਦੇ ਆ ਭਾਜੀ, ਤੁਸੀਂ ਦੱਸਿਆ ਕਿ ਚਲੋ ਬਚਪਨ ਤੋਂ ਹੀ ਕਹਿ ਸਕਦੇ ਆ ਕਿ ਜਦੋਂ ਪਿਤਾ ਜੀ ਨੇ ਤੁਹਾਡੇ ਵਾਸਤੇ ਹਾਰਮੋਨੀਅਮ ਲਿਆ, ਜਦੋਂ ਤੁਸੀਂ ਐਕਸਪਲੇਨ ਕੀਤਾ, ਪਰ ਅਗਰ ਆਪਾਂ ਪ੍ਰੋਫੈਸ਼ਨਲੀ ਗੱਲ ਕਰੀਏ ਕਿ ਤੁਹਾਨੂੰ ਕਦੋਂ ਲੱਗਿਆ ਕਿ ਹਾਂ ਬਿਲਕੁਲ ਮੈਂ ਕੱਢ ਸਕਦਾ? ਪਹਿਲੇ ਤਾਂ ਮੈਂ ਧਾਰਮਿਕ ਸਟੇਜਾਂ ਤੇ ਗਾਉਣਾ ਸ਼ੁਰੂ ਕੀਤਾ, ਫਿਰ ਉਹਦੇ ਨਾਲ ਨਾਲ ਜਦੋਂ ਮੈਂ ਪਲੱਸ 1 ਦੇ ਵਿੱਚ ਐਡਮਿਸ਼ਨ ਲਿਆ, ਮੈਂ ਬਕਾਇਦਾ ਆਪਣਾ ਸਬਜੈਕਟ ਲਿਆ ਮਿਊਜ਼ਿਕ। ਅੱਛਾ ਜੀ। ਅਰੁਣ ਵਾਲੀਆ ਮੈਡਮ ਜੀ ਸੀਗੇ ਸਾਡੇ, ਉਹ ਕਾਲਜ ਦੇ ਵਿੱਚ ਪੜ੍ਹਾਉਂਦੇ ਸੀ, ਬਕਾਇਦਾ ਉਹਨਾਂ ਤੋਂ ਮੈਂ ਤਾਲੀਮ ਲਈ ਆ, ਔਰ ਉਸ ਤੋਂ ਬਾਅਦ ਫਿਰ ਮੈਂ ਲੁਧਿਆਣੇ ਆ ਗਿਆ, ਲੁਧਿਆਣਾ ਕੇ ਆ ਕੇ ਫਿਰ ਮੈਂ ਬੀ ਏ ਕੀਤੀ, ਉਹਦੇ ਵਿੱਚ ਫਿਰ ਜਿਵੇਂ ਕਾਲਜਾਂ ਦਾ ਹੁੰਦਾ ਹੀ ਆ, ਕਾਲਜਾਂ ਦੇ ਵਿੱਚ ਬੜੇ ਬੜੇ ਇਨਾਮ, ਮਤਲਬ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਮੈਂ 5ਵੀਂ ਦੇ ਵਿੱਚ ਹੀ ਫਸਟ ਪ੍ਰਾਈਜ਼ ਜਿੱਤ ਕੇ ਲੈ ਆਇਆ ਸੀ। ਕੀ ਬਾਤ ਹੈ, ਗਾਇਕੀ ਦੇ ਵਿੱਚ ਹੀ ਜੀ। ਹਾਂਜੀ, ਤੇ ਉਹ ਸਾਡੇ ਨਾਲ ਹੀ ਇੱਕ ਬਲਾਕ ਪੈਂਦਾ, ਆਪਣੇ ਸਕੂਲ ਦੇ ਨਾਲ ਰਿਲੇਟਡ ਹੁੰਦੇ ਬਲਾਕ ਜੀ, ਤੇ ਉਹਦੇ ਵਿੱਚ ਮੈਂ ਭੇਜਿਆ, ਮੈਨੂੰ ਸਟਾਫ ਨੇ ਤੇ ਮੈਂ ਪਹਿਲੇ ਪ੍ਰਾਈਜ਼ ਜਿੱਤ ਲਿਆ ਸੀ। ਬਹੁਤ ਅੱਛਾ, ਪਿਤਾ ਜੀ ਦੀ ਚਲੋ ਤੁਹਾਡੀ ਸਪੋਰਟ ਸ਼ੁਰੂ ਤੋਂ ਰਹੀ ਹੈ ਕਿਉਂਕਿ ਹਾਰਮੋਨੀਅਮ ਪੈਦਾ ਹੋਣ ਤੋਂ ਪਹਿਲਾਂ ਮਿਲ ਗਿਆ। ਬਾਕੀ ਅਗਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ, ਸਪੋਰਟ ਰਹੀ ਜੀ ਪੂਰੀ? ਬਿਲਕੁਲ ਬਿਲਕੁਲ ਜੀ, ਪਰਿਵਾਰ ਨੇ ਮੈਨੂੰ ਮਤਲਬ ਇੱਕ ਵਾਰੀ ਝਿੜਕਾਂ ਜ਼ਰੂਰ ਮਾਰੀਆਂ ਜਦੋਂ ਮੈਂ ਨੌਕਰੀ ਨਹੀਂ ਕੀਤੀ, ਉਸ ਤੋਂ ਬਾਅਦ ਫਿਰ ਮੈਂ ਲੁਧਿਆਣੇ ਚਲਾ ਗਿਆ ਆਪਣੇ ਬ੍ਰਦਰ ਦੇ ਕੋਲ, ਉਹਨਾਂ ਨੇ ਫਿਰ ਮੈਂ ਉੱਥੇ ਜਾ ਕੇ, ਪਰਮਿੰਦਰ ਸੰਧੂ ਜੀ ਆਪ ਜੀ ਜਾਣਦੇ ਹਾਂ ਸਵਰਗ ਵਾਸੀ, ਬਿਲਕੁਲ, ਤੇ ਉਹਨਾਂ ਦੇ ਨਾਲ ਮੈਂ 3-4 ਸਾਲ ਯਾਨੀ ਕਿ ਐਜ ਮੈਂ ਕੋਰਸ ਬੋਲਿਆ, ਕਦੀ ਉਹਨਾਂ ਦੀ ਮੈਂ ਸਟੇਜ ਸੈਕਟਰੀ ਵੀ ਕਰ ਦਿੰਦਾ ਸੀ, ਕਦੀ ਕੋਰਸ ਬੋਲਦਾ ਸੀ, ਔਰ ਉਹਨਾਂ ਨੂੰ ਇੰਨਾ ਅੱਛਾ ਲੱਗਾ ਕਿ ਉਹ ਮੈਨੂੰ ਸਭ ਤੋਂ ਪਹਿਲੀ ਵਾਰ ਯੂਰਪ ਦੇ ਟੂਰ ਤੇ ਆਪਣੇ ਨਾਲ ਐਜ ਮਤਲਬ ਸਟੇਜ ਸੈਕਟਰੀ ਲੈ ਕੇ ਗਏ। ਅੱਛਾ ਜੀ, ਤੇ ਸਭ ਤੋਂ ਪਹਿਲਾਂ ਵੀਜ਼ਾ ਮੇਰਾ ਸਵਰਗੀ ਪਰਮਿੰਦਰ ਸੰਧੂ ਜੀ ਨੇ ਮਤਲਬ ਮੇਰਾ ਲਵਾਇਆ ਸੀਗਾ। ਕੀ ਬਾਤ, ਤੇ ਉਹ ਫਿਰ ਯੂਰਪ ਦਾ ਟੂਰ ਕੀਤਾ ਸੀ, ਉਸ ਤੋਂ ਬਾਅਦ ਫਿਰ ਚੱਲ ਸੋ ਚੱਲ, ਬਹੁਤ ਖੂਬ, ਤੇ ਉਹਨਾਂ ਦੀ ਹੀ ਕੰਪਨੀ ਤੇ ਮੇਰੀ ਪਹਿਲੀ ਟੇਪ ਆਈ ਸੀ। ਠੀਕ ਹੈ ਜੀ। ਹਾਂਜੀ, 2-3 ਟੇਪਾਂ ਉਹਨਾਂ ਦੇ ਬ੍ਰਦਰ ਨੇ ਖੋਲੀ ਸੀ ਕੰਪਨੀ। ਟੇਪਾਂ ਦੀ ਵੀ ਅੱਗੇ ਚੱਲ ਕੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਜੀ, ਔਰ ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਜੀ ਕਿ ਇਸ ਵੇਲੇ ਤੁਸੀਂ ਸਾਨੂੰ ਫੇਸਬੁੱਕ ਪੇਜ ਦੇ ਉੱਪਰ ਲਾਈਵ ਵੀ ਦੇਖ ਰਹੇ ਹੋ, ਔਰ ਤੁਸੀਂ ਨਾਲ ਦੀ ਨਾਲ ਸਾਨੂੰ 106.7 ਰੈਡ ਐਫ ਐਮ ਤੋਂ ਲਾਈਵ ਸੁਣ ਵੀ ਰਹੇ ਹਾਂ। ਮਨਜੀਤ ਰੂਪੋਵਾਲੀਆ ਸਾਹਿਬ ਸਟੂਡੀਓਜ਼ ਦੇ ਵਿੱਚ ਪਹੁੰਚੇ ਹੋਏ ਨੇ ਜੀ, ਗੱਲਬਾਤ ਆਪਣੀ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ, ਪਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਭਾਜੀ, ਗੱਲਬਾਤ ਬ੍ਰੇਕ ਤੇ ਜਾਣ ਤੋਂ ਪਹਿਲਾਂ ਹੋ ਰਹੀ ਸੀਗੀ ਜੀ ਪਰਮਿੰਦਰ ਸੰਧੂ ਹੁਣਾਂ ਦੇ ਨਾਲ ਸੰਪਰਕ ਦੇ ਵਿੱਚ ਅਤੇ ਉਹਨਾਂ ਦਾ ਟੂਰ ਕਰਨ ਦੇ ਲਈ। ਬਿਲਕੁਲ ਬਿਲਕੁਲ ਜੀ, ਪਰਮਿੰਦਰ ਸੰਧੂ ਹੁਣਾਂ ਨਾਲ ਕਿਸ ਤਰ੍ਹਾਂ ਸੰਪਰਕ ਵਿੱਚ ਆਏ ਤੁਸੀਂ? ਪਰਮਿੰਦਰ ਸੰਧੂ ਜੀ ਐਕਚੁਅਲੀ ਉਹਨਾਂ ਦੇ ਜਿਹੜੇ ਹਸਬੈਂਡ ਸੀਗੇ ਜਾਂ ਉਹਨਾਂ ਦੇ ਨਾਲ ਕੀਬੋਰਡ ਪਲੇ ਕਰਦੇ ਸੀ ਉਹਨਾਂ ਦੇ ਜੇਠ ਜੀ, ਉਹਨਾਂ ਨਾਲ ਮੇਰਾ ਸ਼ੁਰੂ ਤੋਂ ਬਹੁਤ ਪਿਆਰ ਸੀਗਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਮੈਨੂੰ ਉਹੀ ਉਹਨਾਂ ਦੇ ਨਾਲ ਉਹਨਾਂ ਨੇ ਮਿਲਾਇਆ, ਤੇ ਮਿਲਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਇੰਨਾ ਅੱਛਾ ਲੱਗਾ, ਪਰਮਿੰਦਰ ਸੰਧੂ ਜੀ ਦਾ ਮੈਂ ਬਹੁਤ ਆਸ਼ੀਰਵਾਦ ਦਵਾਂ, ਸਟੇਜ ਦੇ ਜਿੰਨੇ ਦਾ ਪੇਚ ਆ ਸਾਰੀ ਮੇਰੀ ਸਟੇਜ ਹੀ ਪਰਮਿੰਦਰ ਸੰਧੂ ਜੀ ਦੀ ਸਟੇਜ ਔਰ ਮੇਰੀ ਸਟੇਜ ਕੋਈ ਫਰਕ ਨਹੀਂ ਹੈਗਾ। ਕੀ ਬਾਤ ਹੈ, ਤੇ ਮਤਲਬ ਸੇਮ ਹੀ ਡੋਟੋ ਹੀ ਕਾਪੀ ਹੈ ਉਹਨਾਂ ਦੀ। ਬਹੁਤ ਖੂਬ। ਅੱਛਾ, ਤੁਸੀਂ ਪਰਮਿੰਦਰ ਸੰਧੂ ਨਾਲ ਸਟੇਜ ਤੁਸੀਂ ਕਾਫੀ ਦੇਰ ਸ਼ੇਅਰ ਕਰਦੇ ਰਹੋ, ਅਗਰ ਆਪਾਂ ਕਿਉਂਕਿ ਉਹਨਾਂ ਦੇ ਕੋਲੋਂ ਐਕਚੁਅਲੀ ਨਾ ਮੈਂ, ਕਿਉਂਕਿ ਗਾਇਕੀ ਆ ਜਾਣੀ ਕੋਈ ਇਹ ਵੀ ਪਰਮਾਤਮਾ ਦੀ ਬਹੁਤ ਵੱਡੀ ਗੱਲ ਹੈ ਜੀ, ਪਰ ਕਹਿੰਦੇ ਨੇ ਜਿੱਦਾਂ ਇੱਕ ਕਲਾਕਾਰ ਹੈ ਤੇ ਨਾਲ 100 ਕਲਾਕਾਰ
ਬੋਲਣੀ ਹੈਗੀ ਵੀ ਆ ਕਿ ਨਹੀਂ ਬੋਲਣੀ? ਨਹੀਂ ਬੋਲਣੀ। ਜਿੰਨਾ ਚਿਰ ਇਹ ਨਹੀਂ ਤੁਹਾਨੂੰ ਸਟੇਜ ਤੇ ਆਉਂਦਾ ਉਹਨਾਂ ਚਿਰ ਤੁਸੀਂ ਕਿਤੇ ਵੀ ਮਾਰ ਖਾ ਸਕਦੇ ਆ। ਤੇ ਪਰਮਿੰਦਰ ਸੰਧੂ ਜੀ ਦੇ ਨਾਲ ਰਹਿ ਕੇ ਮੈਂ ਕਿਵੇਂ ਲਫ਼ਜ਼ਾਂ ਦੇ ਨਾਲ ਰਿਸਪੈਕਟ ਲਫ਼ਜ਼ ਕਿਵੇਂ ਯੂਜ਼ ਕਰਨਾ, ਕਿਵੇਂ ਦੂਜੇ ਨੂੰ ਮਾਣ ਸਤਿਕਾਰ ਦੇਣਾ, ਕਿਵੇਂ ਲਫ਼ਜ਼ਾਂ ਇੰਨਾ ਪਰੋ ਕੇ, ਯਾਨੀ ਬਾਕੀ ਤਾਂ ਚਲੋ ਸਟੇਜ ਤੇ ਪਤਾ ਲੱਗਦਾ। ਤੇ ਮੈਨੂੰ, ਮੈਂ ਇਸ ਲਾਈਨ ਦੇ ਵਿੱਚ 20-22 ਸਾਲ ਮੈਨੂੰ ਹੋ ਗਏ, ਪਰ ਬਹੁਤ ਐਕਸਪੀਰੀਅੰਸ ਹੋਏ ਨੇ। ਪਹਿਲਾ ਗੀਤ ਕਿਹੜਾ ਸੀਗਾ ਜਿਹੜਾ ਤੁਸੀਂ ਰਿਕਾਰਡ ਕੀਤਾ? ਰਿਕਾਰਡ ਕੀਤਾ ਪਹਿਲਾ ਗੀਤ ਸੀਗਾ 11 ਦੀ ਮਹਿੰਦੀ, ਮੇਰੀ ਟੇਪ ਆਈ ਸੀਗੀ। ਠੀਕ ਹੈ ਜੀ। ਉਹਦੇ ਵਿੱਚ ਪੂਰੀ ਟੇਪ ਸੀਗੀ 7 ਗੀਤਾਂ ਦੀ, ਤੇ ਪਰਮਿੰਦਰ ਸੰਧੂ ਜੀ ਦੇ ਬ੍ਰਦਰ ਸੀਗੇ, ਉਹਨੂੰ ਰਾਗ ਸੀਰੀਜ਼ ਉਹਦੇ ਵਿੱਚ ਆਈ ਸੀ। ਫਿਰ ਜਿਹੜਾ ਟੇਪ ਨੂੰ ਹੁੰਗਾਰਾ ਜ਼ਿਆਦਾ ਮਿਲਿਆ ਉਹ ਗੁਰਚਰਨ ਵਿਰਕ ਜੀ, ਆਪ ਜੀ ਸਾਰੇ ਜਾਣਦੇ ਹੀ, ਉਹਨਾਂ ਦੇ ਬਹੁਤ ਗੀਤ ਗਾਏ ਮੈਂ। ਗੁਰਚਰਨ ਵਿਰਕ ਜੀ ਨੇ ਫਿਰ ਮੇਰੀ ਟੇਪ ਕੀਤੀ ਸੀ ਦਿਲ ਸੋਚ ਕੇ ਲਾਈ, ਯਾਰ ਸ਼ਾਇਦ ਕੁੜੀ ਉਹੀ ਹੋਣੀ ਹੈ, ਜੇ ਕਹਿ ਤਾਂ ਜੀ ਨਹੀਂ ਲੱਗਣਾ ਫਿਰ ਕਿਹੜਾ ਵਾਪਸ ਆ ਜਾਏਗੀ, ਅਗਰ ਗੁਣਗੁਣਾ ਕੇ ਦੋ ਠੇਕੇ ਤੇ ਗਲਾਸੀ ਅੱਜ ਜੱਟ ਨੇ ਬਿੱਲੋ ਨੀ ਤੇਰੀ ਹਾਂ ਕਰਕੇ। ਪਤਾ ਨੀ ਕਿੰਨੇ ਕਿੰਨੇ ਵਧੀਆ ਵਧੀਆ ਗੀਤ ਜੀ, ਤੇ ਦੋ ਲਫ਼ਜ਼ ਬਿਲਕੁਲ ਬਿਲਕੁਲ ਹਾਂਜੀ। ਕਿਹੜੇ ਆਪਣੇ ਗੀਤ ਤੁਸੀਂ ਦਿਲ ਸੋਚ ਕੇ ਲਾਈ? ਜਿਹੜਾ ਵੀ ਤੁਹਾਡੇ ਦਿਲ ਦੇ ਕਰੀਬ ਰਾਜ ਵਸਣਾ ਪਊਗਾ, ਨਾਲ ਫਿਰ ਭਾਈ ਦੀ ਯਾਦ ਚਾਹ ਤਾਜ਼ਾ ਹੋ ਜੂਗੀ। ਬਿਲਕੁਲ ਹਾਂਜੀ ਹਾਂਜੀ। ਅੰਬਰਾਂ ਤੋਂ ਚੰਨ ਮੈਂ ਲਿਆ ਨਹੀਂ ਹੋ ਸਕਦਾ, ਤਾਰੇ ਤੋੜ ਝੋਲੀ ਵਿੱਚ ਪਾ ਨਹੀਂ ਹੋ ਸਕਦਾ, ਝੂਠਾ ਕਰਦਾ ਨਹੀਂ ਕੋਈ ਇਕਰਾਰ, ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ, ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ, ਸੋਹਣੀਏ ਨੀ ਰਾਈਆਂ ਵਾਲਾ ਵਿਰਕ ਜੇ ਆਪਣਾ ਬਣਾਉਣਾ ਨਹੀਂ, ਪਊਗਾ ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ ਨੀ, ਜਿਹਨੇ ਗੱਲਾਂ ਮਨਜ਼ੂਰ ਹਾਮੀ ਪਰ ਦਿਓ ਹਜ਼ੂਰ, ਫਿਰ ਤੁਸੀਂ ਵੀ ਉਹ ਸਾਨੂੰ ਸਵੀਕਾਰ, ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ। ਬਹੁਤ ਖੂਬ ਬਹੁਤ ਖੂਬ। ਬਹੁਤ ਸਾਰੇ ਗੀਤਾਂ ਨੂੰ ਪਿਆਰ ਕੀਤਾ ਸਰੋਤਿਆਂ ਨੇ, ਬਹੁਤ ਜ਼ਿਆਦਾ ਪਿਆਰ ਕੀਤਾ, ਤਾਂ ਇਹਨਾਂ ਗੀਤਾਂ ਨੂੰ ਪਿਆਰ ਕਰਕੇ ਮੈਨੂੰ ਦੂਜੇ ਗੀਤ ਗਾਉਣ ਦਾ ਮੌਕਾ ਹੀ ਨਹੀਂ ਮਿਲਿਆ, ਜਾਂ ਨਾ ਹੀ ਮੈਨੂੰ ਸਰੋਤਿਆਂ ਨੇ ਗਾਉਣ ਦਿੱਤੇ। ਬਿਲਕੁਲ ਬਿਲਕੁਲ। ਕਿਉਂਕਿ ਤੁਸੀਂ ਜਦੋਂ ਵਧੀਆ ਗੀਤ ਗਾਉਂਦੇ 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 ਜੀ, ਤੇ ਫਿਰ ਤੁਹਾਡਾ ਦੂਜਾ ਗੀਤ ਗਾਉਣ ਲਈ ਨਾ ਤੁਹਾਡਾ ਬਹੁਤ ਦਿਲ ਚਾਹੀਦਾ ਵੀ ਉਹ ਗਲਤ ਕੰਮ ਕਰਨਾ ਕਿ ਨਹੀਂ ਕਰਨਾ। ਐਗਜੈਕਟਲੀ। ਚਲੋ ਆਪਾਂ ਉਸ ਕਹਿ ਲਓ ਕਿ ਵਿਸ਼ੇ ਦੇ ਉੱਪਰ ਵੀ ਥੋੜ੍ਹੀ ਜਿਹੀ ਅੱਗੇ ਚੱਲ ਕੇ ਗੱਲ ਜ਼ਰੂਰ ਕਰਨੀ ਹੈ ਜੀ। ਗੀਤਾਂ ਤੋਂ ਬਾਅਦ ਅਗਰ ਆਪਾਂ ਫਿਲਮ ਦੀ ਗੱਲ ਕਰੀਏ, ਫਿਲਮਾਂ ਦੇ ਵਿੱਚ ਕਿਸ ਤਰ੍ਹਾਂ ਪਹੁੰਚ ਹੋਈ ਤੁਹਾਡੀ? ਫਿਲਮਾਂ ਦੇ ਵਿੱਚ ਵੀ ਮੇਰਾ ਐਕਚੁਅਲੀ, ਮੈਂ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਪਰਮਾਤਮਾ ਦੇ ਵਿੱਚ ਬਹੁਤ ਬਿਲੀਵ ਕਰਦਾ ਜ਼ਿਆਦਾ ਜੀ, ਔਰ ਜਦੋਂ ਵੀ ਮੈਂ ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਮਨਜੀਤ ਰੂਪ ਵਾਲੀਆਂ ਨੂੰ ਤੁਸੀਂ ਕਿਵੇਂ ਲੈਂਦੇ ਆ, ਮਨਜੀਤ ਰੂਪ ਵਾਲੀਆਂ ਮੈਂ ਸਮਝਦਾ ਵੀ ਇੱਕ ਸੈਟਿਸਫਾਈਡ ਦਾ ਨਾਮ ਆ, ਮੈਂ ਸੈਟਿਸਫਾਈ, ਮੈਂ ਜਿਹੜੀ ਵੀ ਚੀਜ਼ ਪਰਮਾਤਮਾ ਤੋਂ ਮੰਗੀ ਆ, ਜਿਹੜੀ ਗੱਡੀ ਮੰਗੀ ਆ ਉਹ ਗੱਡੀ ਮਤਲਬ ਕੋਲ ਸੀ, ਜਿੱਦਾਂ ਦਾ ਘਰ ਮੰਗਿਆ ਘਰ ਕੋਲ ਸੀ, ਬੱਚੇ ਫੈਮਲੀ ਹਰ ਚੀਜ਼ ਬਹੁਤ ਵਧੀਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਅਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਫਿਲਮਾਂ ਦੇ ਵਿੱਚ, ਫਿਲਮਾਂ ਦੇ ਵਿੱਚ, ਅਤੇ ਫਿਲਮਾਂ ਦੇ ਵਿੱਚ ਵੀ ਇੱਦਾਂ ਹੀ ਸਬੱਬ ਬਣ ਗਿਆ, ਮੈਨੂੰ ਇੱਦਾਂ ਹੀ ਫੋਨ ਆ ਗਿਆ ਅਤੇ ਉਹ ਕਹਿੰਦੇ ਤੁਹਾਨੂੰ ਮਤਲਬ ਵੀ ਐਜ ਏ ਹੀਰੋ ਸਾਨੂੰ ਆਣ ਕੇ ਤੁਸੀਂ ਮਾੜੀ ਜੀ ਮਿਲੋ ਜੀ। ਜਦੋਂ ਮੈਂ ਉਹਨਾਂ ਨੂੰ ਆਪਣੇ ਕੁਰੂਕਸ਼ੇਤਰ ਸੀਗਾ ਉੱਥੇ ਮੈਂ ਮਿਲਣ ਗਿਆ, ਅਤੇ ਮਿਲਣ ਤੋਂ ਬਾਅਦ ਜਦੋਂ ਉਹਨਾਂ ਨੇ ਮੇਰਾ ਟਰਾਇਲ ਲਿਆ ਅਤੇ ਉਹਦੇ ਵਿੱਚ ਸਾਰਾ ਉਹਨਾਂ ਨੇ ਓਕੇ ਕਰਤੇ। ਸਤੀਸ਼ ਕੌਲ ਜੀ ਸੀਗੇ ਉਹਦੇ ਵਿੱਚ, ਬਾਲੀਵੁੱਡ ਦੇ ਸੀਗੇ ਆਰਟਿਸਟ, ਉਹਦੇ ਵਿੱਚ ਕਲਾਕਾਰ ਸੀਗੇ, ਲੈਂਬਰ ਹੁਸੈਨਪੁਰੀ ਦਾ ਅਖਾੜਾ ਸੀਗਾ ਉਹਦੇ ਵਿੱਚ। ਕਿਆ ਬਾਤ ਹੈ। ਪਰ ਸਮਾਂ ਹੋ ਗਿਆ ਹੁਣ ਵਾਲੀ ਫਿਲਮ ਆਈ ਨੂੰ ਤੁਹਾਡੀ, 2014 ਚ ਆਈ, 2014 ਨਹੀਂ ਗਈ, ਸੋ ਤਕਰੀਬਨ 6 ਸਾਲ ਦੇ ਕਰੀਬ, ਅਸੀਂ ਹਾਂ ਯਾਰ ਪੰਜਾਬੀ, ਹਾਂ ਜੀ 6 ਸਾਲ ਦੇ, ਅਸੀਂ ਹਾਂ ਯਾਰ ਪੰਜਾਬੀ, ਯਾਰ ਪੰਜਾਬੀ, ਠੀਕ ਹੈ ਜੀ। ਸੋ 6 ਸਾਲ ਦੇ ਕਰੀਬ ਸਮਾਂ ਹੋ ਗਿਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਨਜੀਤ ਰੂਪਵਾਲੀਆ ਸਾਹਿਬ ਨੂੰ ਫਿਰ ਇੱਕ ਵਾਰ ਫਿਲਮ ਦੇਖਿਆ ਜਾ ਸਕਦਾ? ਕੋਈ ਗੱਲ ਨਹੀਂ, ਜ਼ਰੂਰ ਜਦੋਂ ਆਫਰ ਮਿਲੂਗੀ ਜ਼ਰੂਰ ਕਰਾਂਗੇ। ਜੀ ਜੀ ਜੀ। ਇੱਥੇ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਕੋਲੋਂ ਪੁੱਛਣੀ ਚਾਹੂੰਗਾ ਜੀ, ਮੈਂ ਪਿੱਛੇ ਨਾ ਇੱਕ ਤੁਹਾਡੇ ਬਾਰੇ ਪੜ੍ਹ ਰਿਹਾ ਸੀਗਾ, ਦੇਖ ਰਿਹਾ ਸੀਗਾ ਜੀ ਜੀ, ਉਹਦੇ ਵਿੱਚ ਉੱਥੇ ਉਸ ਵੇਲੇ ਹਾਈਲਾਈਟ ਹੋ ਕੇ ਆਇਆ ਕਿ ਮਨਜੀਤ ਰੂਪਵਾਲੀਆ ਸਾਹਿਬ ਦਾ ਨਾਮ ਜਿਹੜਾ ਗਿਨੀਸ ਵਰਲਡ ਰੈਕਡ ਬੁੱਕ ਦੇ ਵਿੱਚ ਦਰਜ ਹੋਇਆ। ਮੈਂ ਤੁਹਾਨੂੰ ਪ੍ਰੂਫ ਦਿਖਾਈ ਦਿੱਤਾ ਹੈ ਕਿ ਨਾਮ ਤੁਹਾਡਾ ਦਰਜ ਹੋਇਆ, ਉਹ ਥੋੜਾ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਗਿਨੀਸ ਵਰਲਡ ਰੈਕਡ ਬੁੱਕ ਤੱਕ ਪਹਿਲੀ ਗੱਲ ਤਾਂ ਪਹੁੰਚਣਾ ਹੈ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਬੜੀ ਵੱਡੀ ਗੱਲ ਹੈ। ਮੈਂ ਪਰਮਾਤਮਾ ਦੀ ਮੇਰੇ ਤੇ ਐਡੀ ਕੁ ਕਿਰਪਾ ਹੈ ਕਿ ਮੈਂ ਤਾਂ, ਮੈਂ ਮਤਲਬ ਸ਼ੁਕਰਾਨਾ ਜਿੰਨਾ ਵੀ ਦਿਨ ਦੇ ਵਿੱਚ ਪਤਾ ਨਹੀਂ ਮੈਂ ਕਿੰਨੀ ਵਾਰੀ ਸ਼ੁਕਰਾਨਾ ਕਰਦਾ, ਸਿਰਫ ਇਸੇ ਕਰਕੇ ਵੀ ਸੱਚੇ ਪਾਤਸ਼ਾਹ ਤੂੰ ਕਿੱਥੋਂ ਚੱਕ ਕੇ ਕਿੱਥੇ ਬਿਠਾਲਤਾ, ਔਰ ਜਿਹੜੇ ਕੰਮ ਲਈ ਖਾਤਰ ਲੋਕ ਪਤਾ ਨਹੀਂ ਕਿੰਨੇ ਕਿੰਨੇ ਐਫਰਟ ਕਰਦੇ ਨੇ, ਤੂੰ ਮੈਨੂੰ ਸਹਿਜ ਦੇ ਵਿੱਚ ਹੀ ਸਾਰਾ ਕੁਛ ਦੇ ਦਿੱਤਾ। ਅਤੇ ਇਸ ਕਰਕੇ ਜਿਹੜੀ ਤੁਸੀਂ ਗਿੰਨੀ ਜੀ ਬੁੱਕ ਆਫ ਵਰਲਡ ਰਿਕਾਰਡ, ਕਿਉਂਕਿ ਜਦੋਂ ਪਤਾ ਲੱਗਾ ਲੋਕਾਂ ਨੂੰ ਮੈਂ ਬਹੁਤਾ ਮਤਲਬ ਜ਼ਾਹਰ ਨਹੀਂ ਕੀਤਾ ਸੀਗਾ ਜੀ, ਪਰ ਕਿਸੇ ਸੱਜਣ ਨੇ, ਮੇਰੇ ਪਿਆਰੇ ਸੱਜਣ ਨੇ ਬਾਇਓਗ੍ਰਾਫੀ ਬਣਾਈ ਅਤੇ ਤੁਸੀਂ ਮੈਨੂੰ ਉਹ ਜਦੋਂ ਦਿਖਾਈ
ਤੇ ਫਿਰ ਪਤਾ ਲੱਗਾ ਕਿ ਇਹਦੇ ਵਿੱਚ ਜ਼ਿਕਰ ਕੀਤਾ ਹੋਇਆ ਪਰ ਉਹ ਫਿਰ ਵੀ ਕਮੈਂਟ ਕਈ ਵਾਰੀ ਆਉਂਦੇ ਆ ਵੀ ਇਹ ਹੋ ਨਹੀਂ ਸਕਦਾ ਜਾਂ ਇੱਦਾਂ ਹੋ ਨਹੀਂ ਸਕਦਾ ਸਭ ਕੁਛ ਹੋ ਸਕਦਾ ਕਈ ਵਾਰੀ ਬੰਦਾ ਦੱਸ ਦਿੰਦਾ ਕਈ ਵਾਰੀ ਨਹੀਂ ਦੱਸਦਾ ਵੀ ਚਲੋ ਪਰ ਜਿਹੜਾ ਨਾਮ ਤੁਹਾਡਾ ਬੁੱਕ ਦੇ ਵਿੱਚ ਆਇਆ ਕਾਹਦੇ ਵਾਸਤੇ ਆਇਆ ਸੀ ਹਾਂਜੀ ਉਹ ਐਕਚੁਅਲੀ ਡਾਂਸ ਫਾਰ ਵਨਨੈਸ ਹੋਇਆ ਸੀਗਾ ਆਪਣੇ ਇੰਗਲੈਂਡ ਦੇ ਵਿੱਚ ਠੀਕ ਹੈ ਜੀ ਉਹ ਫਿਰ ਜਿਹੜੀ ਲੁਧਿਆਣੇ ਤੋਂ ਟੀਮ ਗਈ ਸੀ ਸਾਰੀ ਉਹਦੀ ਜਾਨੀ ਕਿ ਟੀਮ ਦਾ ਸਾਰਾ ਹੈਡ ਜਿਵੇਂ ਕਹਿ ਲਈਏ ਕਿ ਉਹ ਮੈਂ ਲੈ ਕੇ ਗਿਆ ਸੀਗਾ ਤੇ ਉੱਥੇ ਫਿਰ ਜਦੋਂ ਡਾਂਸ ਫਾਰ ਵਨਨੈਸ ਆਪਣੇ ਉੱਥੇ ਕੀਤਾ ਆਪਾਂ ਇੰਗਲੈਂਡ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਉਹਦਾ ਜਾਨੀ ਕਿ ਗਿਨੀਜ਼ ਬੁੱਕ ਵਰਲਡ ਰਿਕਾਰਡ ਦੇ ਵਿੱਚ ਨਾਂ ਦਰਜ ਹੋਇਆ ਕੀ ਬਾਤ ਹੈ ਗੀਤ ਆਪਾਂ ਹੁਣੀ ਥੋੜੀ ਦੇਰ ਪਹਿਲਾਂ ਤੁਹਾਡਾ ਸੁਣ ਕੇ ਹਟਿਆ ਜੀ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਕੇ ਬਾਕੀ ਰਹਿ ਗਏ ਹਾਲ ਪੁੱਛ ਰਹੇ ਜੀ ਜੀ ਬੜਾ ਹਿੱਟ ਗੀਤ ਹੈ ਜੀ ਜੀ ਔਰ ਜਿੱਥੇ ਬਾਜ਼ੀ ਗੀਤ ਦੀ ਗੱਲ ਆਉਂਦੀ ਹੈ ਉੱਥੇ ਆਪਣੇ ਆਪ ਮਨਜੀਤ ਰੂਪੋਵਾਲੀਆ ਉਹਨਾਂ ਦਾ ਨਾਮ ਜੁੜਦਾ ਜੇ ਅਸੀਂ ਮਨਜੀਤ ਰੂਪੋਵਾਲੀਆ ਦੀ ਗੱਲ ਕਰਦੇ ਤਾਂ ਇਸ ਗੀਤ ਦਾ ਜ਼ਿਕਰ ਲਾਜ਼ਮੀ ਹੁੰਦਾ ਹੀ ਹੁੰਦਾ ਬਿਲਕੁਲ ਸੋ ਕਾਫੀ ਲੰਬਾ ਮੈਂ ਕਹਿ ਸਕਦਾ ਕਿ ਤੁਸੀਂ ਇੱਕ ਗੈਪ ਪਾਇਆ ਇੰਡਸਟਰੀ ਦੇ ਵਿੱਚ ਔਰ ਹੁਣ ਪਿਛਲੇ ਤੁਸੀਂ ਤਕਰੀਬਨ 2 ਹਫ਼ਤੇ ਪਹਿਲਾਂ ਤੁਸੀਂ ਇੱਕ ਨਵਾਂ ਗੀਤ ਆਪਣਾ ਵਿਆਹ ਸ਼ਾਇਦ ਰਿਲੀਜ਼ ਕੀਤਾ ਸੋ ਇੰਨਾ ਲੰਬਾ ਸਮਾਂ ਜਾਂ ਇੰਨਾ ਕਹਿ ਲਓ ਕਿ ਟਾਈਮ ਮਨਜੀਤ ਹੁਣਾਂ ਨੂੰ ਕਿਉਂ ਲੱਗਿਆ ਨਵਾਂ ਗੀਤ ਰਿਲੀਜ਼ ਕਰਨ ਵਾਸਤੇ ਐਕਚੁਅਲੀ ਮੈਂ ਤਾਂ ਐਕਚੁਅਲੀ ਜਦੋਂ ਇੰਡੀਆ ਤੋਂ ਮੈਂ ਕੈਨੇਡਾ ਆਇਆ ਕੈਨੇਡਾ ਆਉਣ ਦੇ ਵਿੱਚ ਫਿਰ ਕਾਫੀ ਟਾਈਮ ਲੱਗ ਗਿਆ ਜੀ ਤੇ ਤੁਹਾਨੂੰ ਪਤਾ ਬਹੁਤ ਲੰਬੇ ਪ੍ਰੋਸੈਸ ਹੁੰਦੇ ਬਿਲਕੁਲ ਬਿਲਕੁਲ ਮੇਰੀ ਸਾਰੀ ਐਨਰਜੀ ਇਧਰਲੇ ਪਾਸੇ ਲੱਗੀ ਹੋਈ ਸੀ ਤੇ ਉਹਦੇ ਕਰਕੇ ਫਿਰ ਜਾਨੀ ਕਿ ਆ ਹੁਣ ਮੈਂ ਗੀਤ ਇੱਕ ਨਹੀਂ 2 ਸ਼ੂਟ ਕੀਤੇ ਗੀਤ ਬਣਾਏ ਨੇ ਔਰ ਇੱਕ ਲਾਂਚ ਹੋ ਗਿਆ ਇੱਕ ਥੋੜੇ ਚਿਰ ਬਾਅਦ ਚ ਹਾਣੀ ਰਿਕਾਰਡ ਵਾਲੇ ਇਹਨੂੰ ਰਿਲੀਜ਼ ਕੀਤਾ ਠੀਕ ਹੈ ਜੀ ਇੱਕ ਗੀਤ ਵਿਆਹ ਰਿਲੀਜ਼ ਕਰਤਾ ਜੀ ਤੇ ਉਸ ਤੋਂ ਬਾਅਦ ਹੁਣ ਦੂਜਾ ਗੀਤ ਆਏਗਾ ਹੁਣ ਮਤਲਬ ਸ਼ੁਰੂਆਤ ਹੋ ਗਈ ਦੂਸਰਾ ਗੀਤ ਜਿਹੜਾ ਦੂਸਰਾ ਗੀਤ ਵੀ ਤਕਰੀਬਨ ਵੀਡੀਓ ਵੀ ਉਹਦਾ ਬਣ ਗਿਆ ਤੇ ਹੁਣ ਕੰਪਨੀ ਦੇਖੋ ਕਦੋਂ ਰਿਲੀਜ਼ ਕਰਨਗੇ ਹਾਣੀ ਰਿਕਾਰਡਸ ਠੀਕ ਹੈ ਜੀ ਕਹਿੰਦਾ ਭਾਵ ਕਿ ਜੇ ਤੁਸੀਂ ਥੋੜੀ ਜਿਹੀ ਵਿੱਚੋਂ ਗੈਰ ਹਾਜ਼ਰ ਰਹੇ ਹੁਣ ਦੁਬਾਰਾ ਤੁਸੀਂ ਕਮਬੈਕ ਇੰਡਸਟਰੀ ਦੇ ਵਿੱਚ ਕਰ ਦਿੱਤਾ ਜੀ ਜੀ ਬਿਲਕੁਲ ਬਿਲਕੁਲ ਕੀ ਬਾਤ ਹੈ ਜੀ ਗੱਲਾਂ ਬਾਤਾਂ ਆਪਾਂ ਜੀ ਬਹੁਤ ਸਾਰੀਆਂ ਤੁਹਾਡੇ ਨਾਲ ਕਰਨੀਆਂ ਨੇ ਪਰ ਸਮਾਂ ਵੀ ਥੋੜਾ ਦੇਖਣਾ ਪੈਂਦਾ ਜੀ ਇੱਕ ਸਵਾਲ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹੂੰਗਾ ਜੀ ਕਿਉਂਕਿ ਤੁਸੀਂ ਇੰਡਸਟਰੀ ਦੇ ਵਿੱਚ ਪਿਛਲੇ ਤਕਰੀਬਨ 20-25 ਸਾਲਾਂ ਤੋਂ ਤੁਸੀਂ ਬੜਾ ਲੰਬਾ ਸਮਾਂ ਤੁਸੀਂ ਇੰਡਸਟਰੀ ਦੇ ਵਿੱਚ ਗੁਜ਼ਾਰਿਆ ਬਿਲਕੁਲ ਬੜੇ ਅਲੱਗ ਅਲੱਗ ਕਲਾਕਾਰਾਂ ਦੇ ਨਾਲ ਤੁਸੀਂ ਪ੍ਰੋਗਰਾਮ ਕੀਤੇ ਨੇ ਤੁਸੀਂ ਵਰਲਡ ਵਾਈਡ ਤੁਸੀਂ ਆਪਣੇ ਟੂਰ ਕਰ ਚੁੱਕੇ ਹੋ ਸ਼ੋਅਜ਼ ਕਰ ਚੁੱਕੇ ਹੋ ਜਿਹੜੀ ਅੱਜ ਦੀ ਸਾਡੀ ਪੰਜਾਬੀ ਗਾਇਕੀ ਉਹਦੇ ਬਾਰੇ ਥੋੜੀ ਜਿਹੀ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਕਿਉਂਕਿ ਇਸ ਸਵਾਲ ਤੋਂ ਬਿਨਾਂ ਤੁਸੀਂ ਰਹਿ ਵੀ ਨਹੀਂ ਸਕਦੇ ਕਿਉਂਕਿ ਪਹਿਲਾਂ ਮੈਂ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦਾ ਹਾਲਾਂਕਿ ਬੇਸ਼ੱਕ ਮੈਂ ਰੋਜ਼ ਗਾਣਿਆਂ ਦਾ ਪ੍ਰੋਗਰਾਮ ਕਰਦਾ ਚਲੋ ਸਾਰਾ ਕੁਝ ਦੇਖਣਾ ਪੈਂਦਾ ਕਿਉਂਕਿ ਅਸੀਂ ਕਮਰਸ਼ੀਅਲ ਰੇਡੀਓ ਆ ਸਾਨੂੰ ਹਰ ਇੱਕ ਤਰ੍ਹਾਂ ਦਾ ਗੀਤ ਜਿਹੜਾ ਥੋੜਾ ਜਿਹਾ ਕਹਿ ਸਕਦਾ ਕਿ ਫਿਲਟਰ ਕਰਕੇ ਜਾਲੀ ਲਗਾ ਕੇ ਛਾਨਣਾ ਲਗਾ ਕੇ ਸਾਨੂੰ ਪਲੇ ਕਰਨਾ ਪੈਂਦਾ ਪਰ ਅਗਰ ਆਪਾਂ ਪੁਰਾਣੇ ਗੀਤਾਂ ਦੀ ਗੱਲ ਕਰੀਏ ਨਾ ਇੱਕ ਬੜਾ ਵਧੀਆ ਸੁਨੇਹਾ ਹੁੰਦਾ ਸੀ ਉਹਨਾਂ ਗੀਤਾਂ ਦੇ ਵਿੱਚ ਜਾਂ ਕਹਿ ਲਓ ਕਿ ਇੱਕ ਸੱਚੇ ਪਿਆਰ ਦਾ ਇਜ਼ਹਾਰ ਹੁੰਦਾ ਸੀ ਉਹਨਾਂ ਗੀਤਾਂ ਦੇ ਵਿੱਚ ਔਰ ਅਗਰ ਆਪਾਂ ਅੱਜ ਕੱਲ੍ਹ ਦੇ ਕਲਾਕਾਰਾਂ ਦੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਸਾਡੇ ਜਿਹੜੇ ਯੰਗ ਕਲਾਕਾਰ ਨੇ ਉਹਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ ਜੀ ਮੈਨੂੰ ਨਹੀਂ ਲੱਗਦਾ ਕਿ ਉਹ ਸਰੋਤਿਆਂ ਦੇ ਲਈ ਜਾਂ ਪਬਲਿਕ ਦੇ ਲਈ ਆਡੀਅੰਸ ਲਈ ਕੁਛ ਗਾਉਂਦੇ ਨੇ ਉਹ ਇੱਕ ਦੂਸਰੇ ਨੂੰ ਜਵਾਬ ਦੇ ਕੇ ਉਹਦਾ ਵਿਰੋਧ ਕਰੀ ਜਾ ਰਿਹਾ ਆਪਣੇ ਗੀਤਾਂ ਵਿੱਚ ਉਹਦਾ ਵਿਰੋਧ ਜਵਾਬ ਦੇ ਕੇ ਵਿਰੋਧ ਕਰੀ ਜਾ ਰਿਹਾ ਕੀ ਤੁਹਾਨੂੰ ਕੀ ਲੱਗਦਾ ਕਿ ਇੰਡਸਟਰੀ ਆਉਣ ਵਾਲੇ ਸਮੇਂ 'ਚ ਕੀ ਬਣੂਗਾ ਜੀ ਇਹ ਐਕਚੁਅਲੀ ਪੈਸੇ ਵੈਸੇ ਤਾਂ ਸ਼ੇਰਗਿੱਲ ਸਾਹਿਬ ਇਹ ਸਾਰਾ ਨੈੱਟ ਦੀ ਖੇਡ ਆ ਜੀ ਇਹ ਸਾਰਾ ਇੰਟਰਨੈੱਟ ਦਾ ਯੂਟਿਊਬ ਦਾ ਆਈਟੋਨ ਦਾ ਇਹ ਸਾਰੇ ਜਿੰਨੀਆਂ ਸਾਈਟਾਂ ਬਣੀਆਂ ਨੇ ਨਾ ਇਹ ਸਭ ਉਹਨਾਂ ਦੇ ਅਕੋਰਡਿੰਗ ਹੋ ਰਿਹਾ ਜੋ ਮੇਰੀ ਸੋਚ ਆ ਉਹਦੇ ਕੋਈ ਕਿਸੇ ਨੂੰ ਕਿਉਂ ਕੋਈ ਕਿਸੇ ਦੀ ਕੋਈ ਗੱਲ ਸੁਣ ਸਕਦਾ ਅੱਜ ਦੇ ਸਮੇਂ 'ਚ ਕੋਈ ਵੀ ਨਹੀਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਜਿਹੜੀ ਇਹ ਲੜਾਈ ਸਾਰੀ ਨੈੱਟ 'ਤੇ ਹੈ ਕਿਉਂਕਿ ਨੈੱਟ ਦੇ ਉੱਤੇ ਕਮੈਂਟ ਦੇ ਨਾਲ ਵਿਊਵਰ ਵਧਣਗੇ ਉਹਦੇ ਨਾਲ ਗੀਤ ਜਿਹੜੀ ਹੱਲਾਸ਼ੇਰੀ ਮਿਲੂਗੀ ਨੈਗੇਟਿਵ ਪਬਲਿਸਿਟੀ ਕਹਿ ਲਓ ਜਿਹੜੀ ਹੋਣੀ ਹੈ ਹਾਂਜੀ ਜਿਹੜੀ ਨੈਗੇਟਿਵ ਗੱਲ ਆ ਨਾ ਉਹ ਮਤਲਬ ਜਲਦੀ ਦਿਲ 'ਚ ਉਤਰਦੀ ਹੈ ਬਿਲਕੁਲ ਬਿਲਕੁਲ ਕਿਤੇ ਕੋਈ ਧਾਰਮਿਕ ਬੰਦਾ ਗੱਲ ਕਰਦਾ ਹੋਵੇ ਤੇ ਕੋਲੋਂ ਦੀ ਆਪਾਂ ਐਂ ਲੰਘ ਜਾਂਦੇ ਜਿਵੇਂ ਸਾਨੂੰ ਪਤਾ ਨਹੀਂ ਲੱਗਾ ਉੱਥੇ ਕਿਤੇ ਸ਼ੋਅ ਚੱਲਦਾ ਹੋਵੇ ਗੋਲ ਧਾਰੇ 'ਚ ਬੰਦੇ ਖੜੇ ਹੋਣ ਅੰਦਰ ਕੋਈ ਸ਼ੋਅ ਚੱਲਦਾ ਹੋਵੇ ਆਪਾਂ ਉੱਥੇ ਖੜ ਕੇ ਦੇਖਣ ਲੱਗ ਪੈਂਦੇ ਹਾਂ ਕਹਿਣ ਦਾ ਭਾਵ ਨੈਗੇਟਿਵਿਟੀ ਜਦੋਂ ਆਪਾਂ ਕੋਈ ਗੱਲ ਜਲਦੀ ਐਸਟੈਬਲਿਸ਼ ਹੁੰਦੀ ਹੈ ਇਹ ਸਾਰਾ ਜਿਹੜਾ ਖਲਾਰਾ ਨਾ ਇਹ ਨੈੱਟ ਦੇ ਕਰਕੇ ਹੀ ਆ ਅਦਰਵਾਈਜ਼ ਕੋਈ ਕਿਸੇ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਹੁੰਦਾ ਨਵੇਂ ਕਲਾਕਾਰ ਬੜੇ ਪਿਆਰੇ ਨੇ ਔਰ ਮੈਂ ਤਾਂ ਇੱਕ ਗੱਲ 'ਤੇ ਮੈਨੂੰ ਹਾਸਾ ਵੀ ਬਹੁਤ ਆਉਂਦਾ ਹੁੰਦਾ ਵੀ ਕਈ ਵਾਰੀ ਸਾਡੇ ਮੇਰੇ ਮੈਂ ਉਹਨਾਂ ਸਿੰਗਰਾਂ ਦੀ ਗੱਲ ਕਰਦਾ ਜਿਹੜੇ ਮੇਰੇ ਸਾਥੀ ਕਹਿ ਸਕਦਾ ਮੈਂ ਤੇ ਹੁਣ ਜੇ ਮੈਂ ਤੁਹਾਡੇ ਨਾਲ ਇੱਥੇ ਗੱਲ ਕਰ ਰਿਹਾ ਤੇ ਜੇ ਮੈਂ ਕੰਟਰੋਵਰਸੀ ਕਰਨੀ ਹੋਵੇ ਮੈਂ ਕੋਈ ਇੱਦਾਂ ਦਾ ਭਾਵ ਕਰਨਾ ਮੈਂ ਤਾਂ 25 ਸਾਲਾਂ 'ਚ ਮੇਰੇ ਕੋਈ ਇੱਦਾਂ ਦੇ ਐਪੀਸੋਡ ਹੀ ਨਹੀਂ ਹੋਏ ਕਲਾਕਾਰਾਂ ਨਾਲ ਮੈਂ ਤੇ ਹੁਣੇ ਇੱਥੇ 10 ਕਲਾਕਾਰਾਂ ਦਾ ਨਾਂ ਲੈ ਦਿੰਦਾ ਤੇ ਕੱਲ ਨੂੰ ਮੇਰੇ ਵੀ ਤੁਸੀਂ ਕਮੈਂਟ ਲਓ ਵਿਊਵਰ ਦੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਜਗਪ੍ਰੀਤ ਜੀ ਕਿ ਆਪਾਂ ਮਤਲਬ ਇੱਦਾਂ ਦੀ ਕੰਟਰੋਵਰਸੀ ਕਰਕੇ ਦੁਬਾਰਾ ਹਿੱਟ ਹੋਣਾ ਆਪਾਂ ਤਾਂ ਹਿੱਟ ਹੀ ਆ ਬਿਲਕੁਲ ਬਿਲਕੁਲ ਇੱਕ ਵਾਰੀ ਮੈਨੂੰ ਗੱਲ ਯਾਦ ਆ ਗਈ ਆਪਣੇ ਅਮਰੀਕਾ ਤੋਂ ਭਜਨ ਭੋਲੀ ਜੀ ਜਾਣਦੇ ਤੁਸੀਂ ਬਹੁਤ ਪੁਰਾਣੇ ਐਕਟਰ ਉਹ ਕਿਤੇ ਮਾਨਕ ਸਾਹਿਬ ਦੇ ਉੱਥੇ ਚਲੇ ਗਏ
ਦਫ਼ਤਰ ਦੇ ਵਿੱਚ, ਉੱਥੇ ਉਹਦਾ ਸੈਕਟਰੀ ਸੀ, ਸੈਕਟਰੀ ਨੇ ਉਹਨਾਂ ਨੂੰ ਪਛਾਣਿਆ ਨਹੀਂ। ਉਹ ਕਹਿੰਦੇ ਬਾਈ ਮਾਣਕ ਸਾਹਿਬ ਨੂੰ ਬੁੱਕ ਕਰਨਾ, ਅਤੇ ਮਾਣਕ ਸਾਹਿਬ ਦੇ ਕਿੰਨੇ ਪੈਸੇ? ਕਹਿੰਦੇ ਜੀ ਮਾਣਕ ਸਾਹਿਬ ਦਾ ਲੱਗੂਗਾ 60,000 ਰੁਪਈਆ, ਅਤੇ ਯੁੱਧਵੀਰ ਮਾਣਕ ਦਾ ਲੱਗੂਗਾ, ਉਦੋਂ ਯੁੱਧਵੀਰ ਮਾਣਕ ਦੀ ਟੇਪ ਆਈ ਨਵਾਂ ਨਵਾਂ, ਅਤੇ ਯੁੱਧਵੀਰ ਮਾਣਕ ਦਾ ਲੱਗੂਗਾ ਜੀ 1,25,000 ਰੁਪਈਆ। ਅੱਛਾ ਜੀ। ਉਹ ਕਹਿੰਦੇ ਮੈਂ ਚਪੇੜ ਮਾਰੀ ਉਹਦੇ। ਅੱਛਾ ਜੀ। ਵੀ ਭਲਿਆ ਲੋਕਾਂ, ਵੀ ਮਾਣਕ ਸਾਹਿਬ ਭਾਵੇਂ ਜੋ ਵੀ ਮਰਜ਼ੀ ਆ, ਮਾਣਕ ਸਾਹਿਬ ਤਾਂ ਮਾਣਕ ਸਾਹਿਬ ਹੀ ਆ। ਬਿਲਕੁਲ ਬਿਲਕੁਲ। ਵੀ ਪੈਸੇ ਤੋਂ 1,25,000 ਉਹਨਾਂ ਦੇ, 1,25,000 ਮੰਗ ਉਹਨਾਂ ਦਾ। ਹਾਂਜੀ ਹਾਂਜੀ। ਕਹਿਣ ਦਾ ਭਾਵ ਇਹ ਆ ਵੀ ਜਿਹੜਾ ਕਲਾਕਾਰ ਇੱਕ ਨੇ 20 ਸਾਲ ਰਾਜ ਕਰਕੇ, ਯਾਨੀ ਕਿ ਆਪਾਂ ਜੇ ਆਪਣੀ ਗੱਲ ਕਰੀਏ, ਮੈਂ 20-22 ਸਾਲ ਮਤਲਬ ਲੋਕਾਂ ਦੇ ਵਿੱਚ ਰਿਹਾ, ਮੈਂ ਲੋਕਾਂ ਦੇ ਵਿੱਚ ਵਿਚਰ ਰਿਹਾ, ਔਰ ਇੰਨੇ ਅਖਾੜੇ ਲਾਏ ਨੇ, ਆਲ ਓਵਰ ਵਰਲਡ ਦੇ ਵਿੱਚ ਮੈਂ ਸ਼ੋਅ ਕਰ ਚੁੱਕਾ ਹਾਂ ਨਾ ਜੀ, ਅਤੇ ਪੂਜਾ ਜੀ ਦੇ ਨਾਲ ਮਤਲਬ ਪਤਾ ਨਹੀਂ ਕਿੰਨੇ ਕੁ ਸ਼ੋਅ ਕੀਤੇ ਨੇ। ਕਹਿਣ ਦਾ ਭਾਵ ਆ ਵੀ ਹੁਣ ਕੰਟਰੋਵਰਸੀ ਕਰਕੇ ਆਪਾਂ ਮਤਲਬ ਦੁਬਾਰਾ ਹਿੱਟ ਹੋਣਾ, ਇਸ ਗੱਲ ਕਿ ਮੈਨੂੰ ਸਮਝ ਨਹੀਂ ਆ ਰਹੀ ਕਈ ਗੱਲਾਂ ਦੀ। ਅਤੇ ਬਾਕੀ ਜਿਹੜੀ ਕੰਟਰੋਵਰਸੀ ਹੈ, ਸਿਰਫ ਨੈੱਟ ਦੀ ਖੇਡ ਆ ਸਾਰੀ, ਬਾਕੀ ਹੋਰ ਅਦਰਵਾਈਜ਼ ਇਹਦੇ ਵਿੱਚ ਕੁਛ ਨਹੀਂ ਹੈਗਾ। ਸਿਰਫ ਗੀਤ ਕੋਈ ਆ ਜਾਂਦਾ ਬੰਦਾ, ਉਦੋਂ ਹੀ ਕੰਟਰੋਵਰਸੀ ਹੁੰਦੀ, ਉਸ ਤੋਂ ਪਹਿਲਾਂ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਇਸ ਕਰਕੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਵੀ ਜਿੱਥੇ ਤੂੰ ਰੱਖਿਆ ਬਹੁਤ ਵਧੀਆ ਰੱਖਿਆ। ਬਿਲਕੁਲ ਸਹੀ। ਤੇ ਬਾਕੀ ਹੋਰ ਵੀ ਮੇਰੇ ਇੱਥੇ ਸਾਰੇ ਭਰਾ ਕਲਾਕਾਰ, ਆਪਾਂ ਇੱਥੇ ਇਕੱਠੇ ਰਹਿੰਦੇ ਹਾਂ ਕੈਲਗਰੀ ਦੇ ਵਿੱਚ, ਤੁਹਾਡੇ ਮੈਂ ਤਾਂ ਕਹੂੰਗਾ ਰਿਸ਼ੀ ਦੇ ਚਰਨਾਂ 'ਚ ਰਹਿੰਦੇ ਹਾਂ ਸਾਰੇ। ਸੋ ਆਪਣੇ ਦਰਸ਼ਨ ਖੇਲਾ ਜੀ ਵੀ ਹੈਗੇ ਨੇ, ਅਤੇ ਆਪਣੇ ਵੀਰ ਦਵਿੰਦਰ ਜੀ, ਉਹਨਾਂ ਦਾ ਵੀ ਨਵਾਂ ਟਰੈਕ ਲਾਂਚ ਹੋ ਰਿਹਾ, ਅਤੇ ਉਹ ਵੀ ਯਾਨੀ ਇੱਥੇ ਰਹਿੰਦੇ। ਆਪਾਂ ਸਾਰੇ ਰਲ ਮਿਲ ਕੇ ਰਹਿੰਦੇ ਹਾਂ, ਰਲ ਮਿਲ ਕੇ ਰਹਿਣ ਦੇ ਨਾਲ ਕੁਛ ਨਾ ਕੁਛ ਪ੍ਰਾਪਤੀ ਤਾਂ ਹੋ ਸਕਦੀ ਆ, ਲੇਕਿਨ ਕੰਟਰੋਵਰਸੀ ਕਰਕੇ ਉਦੋਂ ਬੰਦਾ ਉਹਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੋਣੀ। ਬਿਲਕੁਲ, ਇਦਾਂ ਉਹ ਫਿਰ ਗੱਲ ਵਧੀਆ ਨਹੀਂ ਹੁੰਦੀ। ਮੈਂ ਸਾਰਿਆਂ ਦਾ ਰਿਗਾਰਡ ਰਿਸਪੈਕਟ ਕਰਦਾ। ਮਨਜੀਤ ਭਾਅ ਜੀ, ਥੈਂਕ ਯੂ ਸੋ ਮੱਚ, ਤੁਸੀਂ ਸਮਾਂ ਕੱਢਿਆ ਔਰ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਤੁਸੀਂ ਹਾਜ਼ਰ ਹੋਏ, ਸੋਚਿਆਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ, ਔਰ ਤੁਸੀਂ ਦੱਸਿਆ ਕਿ ਤੁਹਾਡਾ ਨਵਾਂ ਇੱਕ ਗੀਤ ਪਿੱਛੇ ਜਿਹਾ ਆ ਗਿਆ ਅਤੇ ਨਵਾਂ ਗੀਤ ਹੋਰ ਆਉਣ ਵਾਲਾ ਹੈ, ਉਸ ਗੀਤ ਦੇ ਲਈ ਵੀ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ ਜੀ। ਬਿਲਕੁਲ ਜੀ, ਸ਼ੁਕਰੀਆ। ਮੈਂ ਸਾਰਿਆਂ ਦਾ, ਰੈੱਡ ਐਫ ਐਮ ਦੀ ਸਾਰੀ ਟੀਮ ਦਾ ਮੈਂ ਦਿਲੋਂ ਸਤਿਕਾਰ ਕਰਦਾ, ਔਰ ਜਿਨ੍ਹਾਂ ਨੇ ਸਾਨੂੰ ਗਾਹੇ ਵਗਾਹੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਸਾਨੂੰ ਸਰੋਤਿਆਂ ਦੇ ਰੂਬਰੂ ਕਰਦੇ ਆ ਰਹੇ ਨੇ, ਔਰ ਸਾਰੇ ਸਟਾਫ ਦਾ ਮੈਂ, ਰੈੱਡ ਐਫ ਐਮ ਦੀ ਸਾਰੀ ਟੀਮ ਦਾ ਮੈਂ ਸ਼ੁਕਰੀਆ ਅਦਾ ਕਰਦਾ। ਔਰ ਜੋ ਸੁਣ ਰਹੇ ਨੇ ਮੇਰੇ ਪਿਆਰੇ ਪਿਆਰੇ ਦਰਸ਼ਕ, ਚਾਹੇ ਮੇਰੀਆਂ ਭੈਣਾਂ, ਵੀਰ ਬਜ਼ੁਰਗ, ਬੱਚੇ, ਸਾਰਿਆਂ ਨੂੰ ਮੈਂ ਇੱਕ ਵਾਰੀ ਫਿਰ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਨਾਲ ਮੈਂ ਕਹਿੰਦਾ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ, ਔਰ ਸਾਰਿਆਂ ਦੇ ਚਿਹਰੇ 'ਤੇ ਹਾਸਾ ਬਣਿਆ ਰਹੇ, ਕਿਸੇ ਨੂੰ ਕਿਸੇ ਵੀ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ। ਆਪਾਂ ਬਜ਼ੁਰਗਾਂ ਦਾ ਸਤਿਕਾਰ ਕਰੀਏ, ਬੱਚਿਆਂ ਨੂੰ ਪਿਆਰ ਕਰੀਏ, ਔਰ ਇਸੇ ਤਰ੍ਹਾਂ ਆਪਾਂ, ਕਿਉਂਕਿ ਉਹ ਕਹਿੰਦੇ ਨਾ ਕਿ ਪਿਆਰ ਲਈ ਜ਼ਿੰਦਗੀ ਬਹੁਤ ਥੋੜ੍ਹੀ ਆ, ਅਤੇ ਨਫ਼ਰਤ ਲਈ ਅਸੀਂ ਕਿੱਥੋਂ ਵਕਤ ਕੱਢ ਲਈਏ। ਬਿਲਕੁਲ। ਇਸ ਕਰਕੇ ਸਾਰਿਆਂ ਨਾਲ ਪਿਆਰ ਕਰਦੇ ਜਾਈਏ। ਥੈਂਕ ਯੂ ਸੋ ਮਚ ਮਨਜੀਤ ਭਾਅ ਜੀ, ਬਹੁਤ ਚੰਗਾ ਲੱਗਿਆ ਜੀ ਸਟੂਡੀਓ 'ਚ ਆਉਣ ਲਈ, ਔਰ ਫਿਰ ਵੀ ਆਪਣੀ ਗੱਲਬਾਤ ਜ਼ਰੂਰ ਹੋਵੇਗੀ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ।